ਪੁੱਤਰਾ ਓਏ ਅਮਰੀਕਾ ਚ ਲੋਹਾਰਾਂ ਦਾ ਕੰਮ ਕਰਦਾ ਸੀ ਨਹੀਂ ਅੱਬੂ ਔਰ ਪੁੱਤਰ ਤੂੰ ਚੁੰਮੀ ਅੰਜਲੀ ਜਿਵੇਂ ਸੰਨੀ ਪਾਈ ਅੱਬਾ ਜੀ ਸਹੀ ਦੱਸੋ ਮਜ਼ਾ ਆ ਰਿਹਾ ਪੁੱਤਰ ਤੇਰਾ ਮਜ਼ਾ ਮੇਰੇ ਲੱਕ ਤੱਕ ਆ ਗਿਆ ਪਛਾਣਿਆ ਜੇ ਖਾਣ ਜਾ ਲੈ ਮੈਂ ਛੁੱਟੀ ਤਾਂ ਦਿੰਦੇ ਹੀ ਨਹੀਂ ਸਾਨੂੰ ਅੱਛਾ ਹਾਂ ਜੀ ਅਸੀਂ ਉਹਨਾਂ ਨੂੰ ਨਾ ਦੱਸ ਐਵੇਂ ਫਿਰ ਮਾਮਾ ਬਣਿਆ ਅੱਬੂ ਜੀ ਅੰਗਰੇਜ਼ ਛੁੱਟੀ ਨਹੀਂ ਸਨ ਦਿੰਦੇ ਉਹ ਕਹਿੰਦੇ ਨੇ ਸ਼ਾਦੀ ਦੀ ਕੋਈ ਛੁੱਟੀ ਨਹੀਂ ਉਹ ਫਿਰ ਮੈਂ ਇਹਦੇ ਨਾਲ ਮਸ਼ਵਰਾ ਕੀਤਾ ਮੈਂ ਕਿਹਾ ਤੂੰ ਦੱਸ ਅੱਛਾ ਦੱਸ ਚਾਚਾ ਜੀ ਤੁਹਾਨੂੰ ਪਤਾ ਹੈਗਾ ਜੇ ਗੋਰੇ ਲੋਕ ਹੁੰਦੇ ਨਾ ਇਹ ਆਪਣੀ ਜ਼ਬਾਨ ਦੇ ਪੱਕੇ ਹੁੰਦੇ ਮੈਂ ਉਹਨਾਂ ਕਿਹਾ ਜੀ ਮਸਲਾ ਪਤਾ ਕੀ ਹੈ ਕਿ ਅਸੀਂ ਸਿਰਫ ਨਾ ਦੱਸ ਅੱਬੂ ਜੀ ਮੈਂ ਉਹਨਾਂ ਨੂੰ ਕਹਿ ਕੇ ਆਇਆ ਕਿ ਖਿਆਲ ਪੁੱਤਰ ਜਿੰਨੀ ਕੁ ਤੁਹਾਨੂੰ ਛੁੱਟੀ ਮਿਲੀ ਤਾਂ ਤੁਸੀਂ ਇੱਥੇ ਜ਼ਾਇਆ ਕਰਦੇ ਨਹੀਂ ਅੱਬੂ ਜੀ 15 ਦਿਨ ਦੀ ਛੁੱਟੀ ਹੈਗੀ ਲੇਕਿਨ ਅਸੀਂ ਉਹਨਾਂ ਨੂੰ ਵਿਆਹ ਦਾ ਨਹੀਂ ਦੱਸਿਆ ਹਾਂ ਤੇ ਕੀ ਦੱਸਿਆ ਅਸੀਂ ਤੁਹਾਡਾ ਦੱਸਿਆ ਇੰਨੇ ਦੱਸ ਚਾਚਾ ਜੀ ਸਿੱਧਾ ਉਹਨਾਂ ਦੱਸਿਆ ਕਿ 15 ਦਿਨ ਦੀ ਛੁੱਟੀ ਚਾਹੀਦੀ ਤੁਸੀਂ ਫੌਤ ਹੋ ਗਏ ਹੋ ਅੱਛਾ ਅੱਛਾ ਅਗਰ ਤੁਸੀਂ ਮਰ ਜਾਓਗੇ ਨਾ ਆਰਜ਼ੀ ਤੌਰ ਤੇ ਇਹਨੂੰ 2 ਕਰੋੜ ਰੁਪਇਆ ਵੀ ਮਿਲੇਗਾ ਅਗੂ ਛੁੱਟੀ ਵੀ ਕੱਟੀ ਨਹੀਂ ਜਾਏਗੀ ਭਾਈ ਮੈਂ ਨੀ ਮਰਨਾ ਮੁਰਨਾ ਯਾਰ ਅੱਛਾ ਸਾਡਾ ਮਸਲਾ ਕੁਛ ਹੋਰ ਹੈ ਚਾਚਾ ਜੀ ਕੀ ਮਸਲਾ ਤੁਹਾਡਾ ਉਹਨਾਂ ਨੇ ਨਾਲ ਟੀਮ ਵੇਚੀ ਜਿਹੜੀ ਤੁਹਾਨੂੰ ਚੈੱਕ ਕਰੇਗੀ ਤੁਸੀਂ ਫੌਤ ਹੋਏ ਹੋ ਜਾਂ ਨਹੀਂ ਯਾਨੀ ਮੈਂ ਮਰਾਂਗਾ ਤੇ ਕੋਈ ਅੰਗਰੇਜ਼ ਨਹੀਂ ਮੈਨੂੰ ਚੈੱਕ ਵੀ ਕਰੇਗੀ ਤੇ ਪੁੱਤਰ ਮੇਰੇ ਕੋਲ ਤੇ ਹਲਕਾ ਫੁਲਕਾ ਹੀ ਲਿਆ ਜਾਣਾ ਨਹੀਂ ਨਹੀਂ ਉਹਨਾਂ ਨੇ ਨਾਲ ਹਵਸ਼ੀ ਵੀ ਭੇਜਿਆ ਲਾਲਤ ਪਾ 2 ਕਰੋੜ ਤੇ ਚੱਲ ਤੇਰੀ ਛੁੱਟੀ ਤੇ ਮਿਲ ਗਈ ਨਾ ਔਰ ਸਾਡੇ ਪੁੱਤਰ ਦੇ ਸਿਰ ਤੇ ਸਿਹਰਾ ਬਾਜੇ ਤੇ ਪਿਓ ਤੇ ਹੁੰਦੇ ਹੀ ਪੁੱਤਰਾਂ ਲਈ ਮਰਨ ਲਈ ਤੁਸੀਂ ਕੌਣ ਹੋ ਅਸੀਂ ਤੇਰੀ ਮਾਂ ਦੇ ਖਸਮ ਹੈ
ਕੌਣ ਆ ਤੁਸੀਂ ਇਸ ਤੇਲ ਵੀ ਹੈ।
ਦੇਖਿਆ ਜੀ ਇੰਜ ਇਸਤਕਬਾਲ ਕਰਨ ਦੇ ਆ ਜੀ ਬਿਸਮਿਲ੍ਲਾ ਜਾਈ ਇੱਥੇ ਬੈਠੋ ਬੈਠੋ ਹਾਂ ਤੂੰ ਇੱਥੇ ਬੈਠ ਨਹੀਂ ਪਤਾ ਕੀਤਾ ਕਿਉਂ ਹੈ ਹਲੇ ਪੁੱਤਰ ਗੱਲਾਂ ਪਿਆਰ ਦੀ ਕਰੀਦੀ ਉਹਨੇ ਬੱਚਨ ਦੱਸੇਗਾ ਤੇ ਕਰਾਂਗਾ ਨਾ ਹਾਂਜੀ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਉਹਨੂੰ ਅੰਨੀ ਦੇ ਉਹਨੂੰ ਅਸਲਾਮ ਅਲੈਕੁਮ ਜੀ ਅਸਲਾਮ ਅਲੈਕੁਮ ਜੀ ਵਾਲੇਕੁਮ ਅਸਲਾਮ ਕੌਣ ਜੀ ਕੌਣ ਕੌਣ ਜੀ ਮੈਂ ਆਪਕਾ ਦੁਲਾ ਜੀ ਮੈਂ ਆਪਕਾ ਦੁਲਾ ਅੱਛਾ ਅੱਛਾ ਆਜ ਹਮਾਰੀ ਸ਼ਾਦੀ ਹੋਈ ਹੈ ਆਜ ਹਮਾਰੀ ਸ਼ਾਦੀ ਹੋਈ ਹੈ ਉਹਦੀ ਉਹਦੀ आज हमारी शादी हुई है और सुहाग रात है और सुहाग रात है उसी सिलसिले में हाजिर हुआ हूँ और तू इतने इंजन खोलना है उसी सिलसिले में हाजिर हुआ हूँ आपको कैसा लगा बहुत अच्छा मैं पहले कुछ बातें बता दूं जी जी ताकि बाद में नाराज ना होना ताकि बाद में आप नाराज ना होना सच्ची जड़ी गल है बंदे सी दो है जेडे चांदन की शादी होवे असी दो है डर गया से हां जी ਪੂਰੇ ਘਰ ਦੇ ਵਿੱਚ ਬੰਦੇ ਅਸੀਂ ਦੋ ਹੀ ਆ ਜਿਹੜੇ ਚਾਹੁੰਦੇ ਸਨ ਵੀ ਇਹ ਸ਼ਾਦੀ ਹੋਵੇ ਓਕੇ ਮੈਂ ਆਪਕੋ ਹਮੇਸ਼ਾ ਖੁਸ਼ ਰੱਖੂੰਗਾ ਹੁਣ ਤੂੰ ਨਾ ਇਹਦਾ ਗੁਣ ਚੁੱਕਣਾ ਮੈਂ ਲਾਈਟ ਬੰਦ ਕਰ ਤੇ ਉਹ ਆਪਣਾ ਉਹ ਲਿਖਤ ਪੜ੍ਹ ਉਹ ਕਰ ਲੈਨੇ ਕਿਹੜਾ ਕਰ ਲੈ ਕਿ ਅੱਛਾ ਹੱਕ ਮੈਂ ਆਪਕੋ ਲੈਣਾ ਦੇਣਾ ਹਾਂਜੀ ਕੀ ਲੈਣਾ ਦੇਣਾ ਭਰਜਾਈ ਕਿਉਂਕਿ ਸ਼ਾਦੀ 'ਚ ਲੈ ਦੇ ਕੇ ਬੱਚੇ ਹੀ ਬਚਦੇ ਹੱਕ ਮੈਂ ਕਿੰਨਾ ਹੱਕ ਮੈਂ ਕਿੰਨਾ ਜੀ ਜੀ ਬਾਹਰੋਂ ਤੇ ਫਿਰ ਜ਼ਿਆਦਾ ਲੈਣੇ ਤੁਸੀਂ ਜਿਹੜਾ ਮਰਜ਼ੀ ਦੇ ਦਿਓ ਨਹੀਂ ਭਰਜਾਈ ਬਾਹਰ ਵਾਲੇ ਜਿੰਨੇ ਤੁਸੀਂ ਅਮੀਰ ਨਹੀਂ ਹੈ ਪਹਿਲੇ ਮੁਕਾਬਲਾ ਝਗੜਾ ਨਾ ਹੋਵੇ ਮੈਂ ਕਹਿੰਦਾ ਮੁਕਾਬਲਾ 5 ਕਰੋੜ ਦੇ ਦਿਓ 5 ਕਰੋੜ ਕਹਿ ਰਹੇ ਨੇ 5 ਕਰੋੜ ਹਾਂਜੀ ਹੁਣ ਕਿਹਾ ਜਾ 5 ਕਰੋੜ ਅੰਨੀ ਦਾ ਬੱਚਾ ਮੈਂ ਤੈਨੂੰ ਆਪਣੀ ਖਾਲਾਂ ਦੀ ਧੀ ਨਾਲ ਕਰਾਵਾਂਗਾ 3500 ਲੈਂਦੀ ਹੈ ਬੰਦ ਕਰ